ਆਪ ਜਿਹੜਾ ਨ ਚਵਾਂ ਜੁਗਾ ਵਿੱਚ ਚਾਰ ਵਿਅਕਤੀਆਂ ਨੂੰ ਵੱਖ-ਵੱਖ ਥਾਂ ਐ ਅਕਾਲ ਪੁਰਖ ਨੇ ਬਖਸ਼ਿਸ਼ ਕੀਤਾ ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਸੰਸਾਰ ਵਿੱਚ ਆਏ ਮਹਾਰਾਜ ਨੇ ਆਉਂਦੇ ਹੀ ਆਪਣੇ ਮੁਖ ਤੋਂ ਆਖਿਆ ਸੀ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਪੁਰਬ ਆਪਾ ਮਨਾ ਰਹੇ ਹਨ ਜਿਸ ਵੇਲੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਅਵਤਾਰ ਆਇਆ ਅਵਤਾਰ ਹੋਇਆ ਨਾ ਰਾਏ ਭੋਏ ਦੀ ਤਲਵੰਡੀ ਵਿਖੇ ਉਸ ਵੇਲੇ ਦੌਲਤਾ ਦਾਈ ਜਿਹੜੀ ਆ ਉਹ ਸੇਵਾ ਵਿੱਚ ਮਾਤਾ ਜੀ ਦੇ ਕੋਲ ਬੈਠੀ ਹੋਈ ਹੈ। ਸਤਿਗੁਰਾਂ ਦਾ ਅਵਤਾਰ ਹੋਇਆ ਤੇ ਦੌਲਤਾ ਦਾਈ ਨੇ ਉਸ ਵੇਲੇ ਆ ਕੇ ਦੌੜ ਕੇ ਦੱਸਿਆ, "ਬਾਬਾ ਕਲਿਆਣ ਚੰਦ ਜੀ ਆ ਉਹ ਤੁਹਾਡੇ ਘਰ ਵਿੱਚ ਪੁੱਤਰ ਦਾ ਆਉਣਾ ਹੋਇਆ ਹੈ।" ਬਾਬਾ ਕਲਿਆਣ ਚੰਦ ਜੀ ਬੜੇ ਖੁਸ਼ ਹੋਏ ਨਾਲ ਹੀ ਆਪਣੇ ਨੌਕਰ ਨੂੰ ਭੇਜਿਆ ਕਹਿਣ ਲੱਗੇ, "ਜਾਓ ਹਰਦੇਵਾਲ ਪੁਜੋਤ ਨੂੰ ਬੁਲਾ ਕੇ ਲਿਆਓ। ਹਰਿਆ ਹਰਦੇਵਾਲ ਨਾਮ ਦਾ ਪੁਜੋਤ ਹੈ ਜੋ ਇਹਨਾਂ ਦਾ ਖਾਨਦਾਨ ਦਾ ਪੁਜੋਤ ਹੈ।" ਜਦੋਂ ਜਾ ਕੇ ਸੁਣਿਆ ਦਿੱਤਾ ਨਾ ਉਸ ਨੌਕਰ ਨੇ ਵੀ ਬਾਬਾ ਕਲਿਆਨ ਚੰਦ ਜੀ ਨੇ ਬੁਲਾਇਆ ਉਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋਇਆ ਤੇ ਇਤਿਹਾਸਕਾਰਾਂ ਨੇ ਬਚਨ ਲਿਖਿਆ ਵੀ ਹਰਦੇਵਾਲ ਜੀ ਬੜੇ ਵੱਡੇ ਜੋਤਿਸ਼ੀ ਸਨ ਬਹੁਤ ਉਹਨਾਂ ਨੂੰ ਗਿਆਨ ਸੀ ਇਸ ਵਿਦਿਆ ਦਾ ਉਹਨਾਂ ਨੇ ਬਚਨ ਸੁਣਦਿਆਂ ਨਾਲ ਹੀ ਆਪਣੇ ਮਨ ਵਿੱਚ ਵਿਚਾਰਿਆ ਵੀ ਜਿਸ ਬੱਚੇ ਦਾ ਜਨਮ ਐਸੇ ਵੇਲੇ ਹੋਇਆ ਨਾ ਇੰਨਾ ਸਮਿਆਂ ਦੇ ਵਿੱਚ ਜਨਮ ਹੋਇਆ ਵੀ ਅਮਰਤ ਵੇਲੇ ਦਾ ਸਮਾਂ ਕੱਤੇ ਦੀ ਪੂਰਨਮਾਸ਼ੀ ਹੈ ਉਨੇ ਸਾਰੇ ਆਪਣੇ ਲਗਨ ਵਗੈਰਾ ਵਿਚਾਰੇ ਤੇ ਵਿਚਾਰਨ ਤੋਂ ਬਾਅਦ ਵਿੱਚ ਇਹ ਗੱਲ ਮਨ ਵਿੱਚ ਸੋਚੀ ਵੀ ਇਹ ਕੋਈ ਬੱਚਾ ਆਮ ਨਹੀਂ ਹੈ ਇਹ ਕੋਈ ਖਾਸ ਹੀ ਹੈ ਕੋਈ ਰੱਬੀ ਅਵਤਾਰ ਦੁਨੀਆ ਤੇ ਇਸ ਸਮੇਂ ਆ ਸਕਦਾ ਆਮ ਦਾ ਇਸ ਵੇਲੇ ਜਨਮ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਕਿ ਉਹ ਸਵੇਰੇ ਆਉਂਦਾ ਦਿਨ ਚੜ੍ਹੇ ਆਉਂਦਾ ਵਿਦਵਾਨਾਂ ਦਾ ਬਚਨ ਹੈ ਉਦੋਂ ਹੀ ਨਾਲ ਤੁਰ ਪਿਆ ਕਹਿਣ ਲੱਗਾ ਹੁਣੇ ਹੀ ਚੱਲਦਾ ਮੈਂ ਜਾ ਕੇ ਮੈਂ ਵੇਖਾਂ ਤੇ ਸਹੀ ਜਦੋਂ ਆਇਆ ਨਾ ਬਾਬਾ ਕਲਿਆਨ ਚੰਦ ਜੀਆਂ ਦੇ ਕੋਲ ਤੇ ਉਸ ਵੇਲੇ ਫਿਰ ਪੁੱਛਿਆ ਹਰदयाल ਜੀ ਨੇ ਦੌਲਤਾਂ ਦਾਈ ਨੂੰ ਬੁਲਾਇਆ ਦੌਲਤਾਂ ਦਾਈ ਨੂੰ ਬਿਰਾ ਕੇ ਉਸਨੇ ਪੁੱਛਿਆ ਵੀ ਜਦੋਂ ਇਹ ਬਾਲਕ ਨੇ ਜਨਮ ਲਿਆ ਉਦੋਂ ਕੀ ਤੂੰ ਵੇਖਿਆ ਆਪਣੀਆਂ ਅੱਖਾਂ ਦੇ ਨਾਲ ਕੀ ਸੁਣਿਆ ਹੈ ਉਹ ਮੈਨੂੰ ਦੱਸ ਕਿਉਂਕਿ ਉਹ ਜਾਣਦਾ ਹੈ ਵੀ ਇਹ ਬੱਚਾ ਆਮ ਨਹੀਂ ਹੈ ਇਹ avatarsi purush ਹੈ ਕੋਈ ਨਾ ਕੋਈ ਨਵਾਂ ਕੌਤਕ ਤੇ ਹੋਇਆ ਹੀ ਹੋਵੇਗਾ ਉਸ ਵੇਲੇ ਦੌਲਤਾਂ ਦਾਈ ਨੇ ਬਚਨ ਦੱਸਿਆ ਕਹਿਣ ਲੱਗੀ ਵੀ ਪੰਡਤ ਜੀ ਪੁਜੋਤ ਜੀ ਬਚਨ ਇਹ ਹੈ ਜਦੋਂ ਇਸ ਬੱਚੇ ਦਾ ਜਨਮ ਹੋਇਆ ਸੀ ਨਾ ਜਨਮ ਹੁੰਦਿਆਂ ਸਾਰ ਕਮਰੇ ਦੇ ਵਿੱਚ ਇੰਨਾ ਪ੍ਰਕਾਸ਼ ਹੋਇਆ ਕਿ ਮੰਨ ਲਓ ਵੀ ਕਰੋਨਾ ਸੂਰਜਾਂ ਦਾ ਚਾਨਣ ਵੀ ਉਹਦੇ ਸਾਹਮਣੇ ਫਿੱਕਾ ਪੈ ਗਿਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇਹ ਬੱਚਾ ਐਸਾ ਕੋਈ ਨੂਰਾਨੀ ਹੈ ਇਹਦੇ ਜਨਮ ਲੈਣ ਦੇ ਨਾਲ ਕਮਰੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਉਹਦੀ ਤਸੱਲੀ ਹੋ ਗਈ ਵੀ ਇਹ ਆਮ ਨਹੀਂ ਹੈ ਫਿਰ ਉਸਨੇ ਦੁਬਾਰਾ ਪੁੱਛਿਆ ਕਹਿਣ ਲੱਗਾ ਕੋਈ ਹੋਰ ਨਵੀਂ ਗੱਲ ਵਾਪਰੀ ਹੋਵੇ ਉਹ ਵੀ ਮੈਨੂੰ ਦੱਸੋ ਦੌਲਤਾ ਜੀ ਦੌਲਤਾ ਦਾਈ ਨੇ ਫਿਰ ਦੂਜਾ ਬਚਨ ਦੱਸਿਆ ਕਹਿਣ ਲੱਗੀ ਜਦੋਂ ਬੱਚੇ ਦਾ ਜਨਮ ਹੁੰਦਾ ਉਸ ਵੇਲੇ ਬੱਚੇ ਆਮ ਰੋਂਦੇ ਹੀ ਨੇ ਬੱਚੇ ਰੋਂਦਿਆਂ ਦਾ ਜਨਮ ਹੁੰਦਾ ਜਾਂ ਕਈ ਵਾਰੀ ਪੀੜਾ ਨਾਲ ਸਹਾਰਦਿਆ ਹੋਇਆ ਬੱਚਾ ਬਿਹੋਸ਼ ਹੋ ਜਾਂਦਾ ਤੇ ਉਸ ਨੂੰ ਫਿਰ ਹੋਸ਼ ਵਿੱਚ ਲਿਆਂਦਾ ਜਾਂਦਾ ਅੱਜ ਡਾਕਟਰ ਵੀ ਇਹ ਕਿਰਿਆ ਕਰਦੇ ਨੇ ਪਹਿਲਾਂ ਦਾਈਆਂ ਇਹ ਕਿਰਿਆ ਕਰਵਾਉਂਦੀਆਂ ਪਰ ਦੌਲਤਾ ਦਾਈ ਇਹ ਬਚਨ ਸੁਣਾਉਂਦੀ ਪਈ ਹੈ ਕਹਿਣ ਲੱਗੇ ਜਦੋਂ ਇਹਨਾਂ ਦਾ ਜਨਮ ਹੋਇਆ ਨਾ ਤੇ ਰੋਏ ਸਨ ਨਾ ਇਹ ਬੇਹੋਸ਼ਾਨ ਸਗੋਂ ਇਹਨਾਂ ਦਾ ਚਿਹਰਾ ਖਿੜਿਆ ਹੋਇਆ ਸੀ ਤੇ ਹੱਸਦੇ ਪਏ ਸੀ ਆਪਣੇ ਮੁਖ ਤੋਂ ਜਦੋਂ ਸੰਸਾਰ ਵਿੱਚ ਆਏ ਇਹ ਦੂਜਾ ਬਚਨ ਸੁਨਾਇਆ ਹੈ ਹੋਰ ਤਸੱਲੀ ਬਣ ਗਈ ਵੀ ਇਹ ਕੋਈ ਆਮ ਨਹੀਂ ਇਹ ਸੰਸਾਰ ਰੋਂਦੇ ਨੂੰ ਸਗੋਂ ਹਸਾਉਣ ਵਾਸਤੇ ਆਏ ਨੇ ਪ੍ਰਸੰਨ ਕਰਨ ਵਾਸਤੇ ਆਏ ਸਮਝ ਗਿਆ ਦੂਜਾ ਬਚਨ ਫਿਰ ਤੀਜੀ ਵਾਰੀ ਪੁੱਛਿਆ ਕਹਿ ਲੱਗਾ ਵੀ ਹੋਰ ਵੀ ਕੋਈ ਬਚਨ ਹੋਇਆ ਉਸ ਵੇਲੇ ਮੈਨੂੰ ਉਹ ਵੀ ਦੱਸਿਆ ਜਾਵੇ ਦੌਲਤਾਂਦਾਈ ਨੇ ਆਖਿਆ ਕਹਿਣ ਲੱਗੀ ਬਚਨ ਤੇ ਇੱਕ ਹੋਇਆ ਹੈ ਪਰ ਬਚਨ ਮੈਨੂੰ ਯਾਦ ਨਹੀਂ ਹੈ ਜਦੋਂ ਇਸ ਬੱਚੇ ਦਾ ਜਨਮ ਹੋਇਆ ਇਹਨੇ ਜਨਮ ਲੈਂਦਿਆਂ ਹੀ ਆਪਣੇ ਮੂੰਹ ਤੋਂ ਕੁਝ ਆਖਿਆ ਹੈ ਕੁਝ ਬੋਲਿਆ ਹੈ ਜਨਮ ਲੈਂਦਿਆਂ ਸਾਰੇ ਪਰ ਉਹ ਬਚਨ ਕੀ ਆਖਿਆ ਉਹ ਮੈਨੂੰ ਚੇਤਾ ਨਹੀਂ ਰਿਹਾ ਵੀ ਇਹਨੇ ਬੋਲਿਆ ਕੀ ਹੈ ਵਿਦਵਾਨ ਮਹਾਂਪੁਰਖਾਂ ਦਾ ਜਪ ਤਪ ਕਰਨ ਵਾਲੇ ਜਿਹੜੇ ਸਾਧੂ ਨੇ ਉਹਨਾਂ ਦਾ ਬਚਨ ਇਹ ਹੈ ਵੀ ਉਹ ਜਿਹੜੇ ਦੌਲਤਾਂ ਨੇ ਬਚਨ ਆਖੇ ਨਾ ਵੀ ਇਹ ਬੱਚੇ ਨੇ ਕੁਝ ਬੋਲਿਆ ਹੈ ਪਰ ਮੈਨੂੰ ਸਮਝ ਨਹੀਂ ਆਇਆ ਉਹ ਮਹਾਂਪੁਰਖਾਂ ਦੀ ਵਿਚਾਰ ਰਿਹਾ ਵੀ ਉਹ ਸਤਗੁਰਾਂ ਨੇ ਜਨਮ ਲੈਂਦਿਆਂ ਹੀ ਆਖਿਆ ਸੀ ਆਪਣੇ ਮੁਖ ਤੋਂ ਵਾਹਿਗੁਰੂ 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 ਕਿਉਂਕਿ ਧਰਤੀ ਨੇ ਪੁਕਾਰ ਕੀਤੀ ਨਾ ਵੀ ਪ੍ਰਮਾਤਮਾ ਮੇਰੇ ਉੱਪਰ ਪਾਪ ਦਾ ਬੜਾ ਭਾਰੀ ਭਾਰ ਵੱਧ ਗਿਆ ਆਪ ਕਿਰਪਾ ਕਰਕੇ ਇਸ ਭਾਰ ਨੂੰ ਦੂਰ ਕਰੋ ਤੇ ਉਸ ਵੇਲੇ ਆਖਿਆ ਸੀ ਅਸੀਂ ਆਪਾਂਵਾਂਗੇ ਤੇ ਨਾਮ ਜਪਾਂਵਾਂਗੇ ਹੁਣ ਸਤਗੁਰੂ ਜਾਣਦੇ ਜਿੰਨੇ ਚਿਰ ਨੂੰ ਜਵਾਨ ਹੋਣਾ ਉਹਨੇ ਚਿਰ ਨੂੰ ਕਈ ਸਾਲ ਲੱਗ ਜਾਣੇ ਆਉਂਦਿਆਂ ਹੀ ਆਪਣੇ ਮੁਖ ਤੋਂ ਇਹ ਬਚਨ ਕਰਕੇ ਧਰਤੀ ਦੇ ਬੋਝ ਨੂੰ ਮਹਾਰਾਜ ਨੇ ਘੱਟ ਕਰ ਦਿੱਤਾ ਐਸੀਆਂ ਬਖਸ਼ਿਸ਼ਾਂ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਕੀਤੀਆਂ ਫਿਰ ਪੂਰਾ ਨਿਸ਼ਚਾ ਕਰਕੇ ਹਰਦੇਵਾਲ ਜੀ ਕਹਿਣ ਲੱਗੇ ਨਹੀਂ ਹੁਣ ਬੱਚੇ ਦੇ ਦਰਸ਼ਨ ਵੀ ਕਰਵਾਓ ਉਸ ਵੇਲੇ ਦੌਲਤਾਂ ਦਾਈ ਤੇ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਵੀ ਨਹੀਂ ਬਾਹਰ ਤੇ ਠੰਡ ਹੈ ਬੱਚਾ ਕੋਮਲ ਹੈ ਬਾਹਰ ਕਿਵੇਂ ਲਈਏ ਕਿਉਂਕਿ ਕਈ ਵਿਚਾਰਾ ਹੋ ਜਾਂਦੀਆਂ ਨਾ ਪਰਿਵਾਰਾਂ ਵਿੱਚ ਨજર ਲੱਗ ਜਾਏਗੀ ਹਵਾ ਲੱਗ ਜਾਏਗੀ ਕਈ ਕੁਝ ਹੋ ਜਾਏਗਾ ਜੋ ਪੰਡਾ ਜੀ ਹਰਦੇਵਾਲ ਜੀ ਕਹਿਣ ਲੱਗੇ ਵੀ ਨਹੀਂ ਇਹ ਤਾਂ ਲਿਉਣਾ ਹੀ ਪਵੇਗਾ ਮੈਂ ਤਾਂ ਹੀ ਇਹਦਾ ਪੂਰਾ ਲਗਨ ਪੂਰਾ ਸਾਹਾ ਜਿਹੜਾ ਹੈ ਨਾ ਉਹ ਬਣਾ ਸਕਦਾ ਹਾਂ ਤਾਂ ਇਹਨਾਂ ਦੀ ਜਿਹੜੀ ਹੈ ਉਹ ਪਤਰੀ ਬਣਾਈ ਜਾ ਸਕਦੀ ਹੈ ਜਿਸ ਵੇਲੇ ਦੌਲਤਾ ਫਿਰ ਬਾਹਰ ਲੈ ਕੇ ਆਈ ਹਰਦੇਵਾਲ ਜੀਆਂ ਨੇ ਮਨ ਹੀ ਮਨ ਕਿਉਂਕਿ ਪ੍ਰਤਾਖ ਉਹਨੇ ਤਾਂ ਨਹੀਂ ਮੱਥਾ ਟੇਕਿਆ ਵੀ ਮੈਂ ਉਮਰ ਦੇ ਵਿੱਚ ਵੱਡਾ ਤੇ ਇੱਕ ਮੈਂ ਧਰਮ ਦਾ ਵੱਡਾ ਵਿਦਵਾਨ ਹਾਂ ਧਰਮ ਦਾ ਮੈਂ ਧਾਰਮਿਕ ਵਿਅਕਤੀ ਹਾਂ ਮੈਂ ਇੱਕ ਬੱਚੇ ਨੂੰ ਮੱਥਾ ਟੇਕਾਂਗਾ ਤੇ ਲੋਕ ਵੇਖ ਕੇ ਸ਼ੱਕ ਕਰਨਗੇ ਵੀ ਇਹ ਕੀ ਕਾਰਨ ਹੈ ਮਨੋਂ ਹੀ ਮੱਥਾ ਟੇਕਿਆ ਨਾਲ ਹੀ ਬੇਨਤੀ ਕੀਤੀ ਕਹਿ ਲੱਗਾ ਸਤਿਗੁਰੂ ਕਿਰਪਾ ਕਰਿਓ ਜਿੰਨਾ ਚਿਰ ਤੁਸੀਂ ਆਪਣੇ ਮੁਖੋਂ ਉਪਦੇਸ਼ ਨਹੀਂ ਨਾ ਮੈਨੂੰ ਦੇ ਕੇ ਮੇਰਾ ਭਲਾ ਕਰਦੇ ਮੇਰੇ ਤੇ ਕਿਰਪਾ ਇਹ ਰੱਖਿਓ ਵੀ ਉਨਾਂ ਚਿਰ ਮੈਂ ਸਰੀਰ ਛੱਡ ਕੇ ਦੁਨੀਆ ਤੋਂ ਨਾ ਜਾਵਾਂ ਇੱਕ ਵਾਰੀ ਆਖੀ ਇਹ ਸਤਨਾਮ ਸੋ ਉਹ ਬੇਨਤੀ ਪ੍ਰਵਾਨ ਹੋਈ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਫਿਰ ਮਹਾਰਾਜ ਜੀਆਂ ਨੇ ਜਦੋਂ ਜਨੇਊ ਪਾਉਣ ਵਾਸਤੇ ਆਇਆ ਸੀ ਨਾ ਹਰਦੇয়াল ਪੰਡਤ ਮਹਾਰਾਜ ਜੀਆਂ ਦੇ ਮਹਾਰਾਜ ਨੇ ਆਖਿਆ ਜਨੇਊ ਨਹੀਂ ਪਾਉਣਾ ਹੈ ਉਸ ਵੇਲੇ ਉਹ ਸਮਝ ਗਿਆ ਵੀ ਹੁਣ ਉਹ ਉਪਦੇਸ਼ ਦੇਣਗੇ ਹੱਥ ਜੋੜ ਕੇ ਆਖਿਆ ਫਿਰ ਮਹਾਰਾਜ ਆਪ ਦੱਸੋ ਫਿਰ ਉਥੇ ਸ਼ਬਦ ਉਚਾਰਿਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਉ ਜੀ ਕਾ ਹੈ ਆਪਾਂ ਦੇ ਕਰ ਫਿਰ ਇਹ ਸ਼ਬਦ ਉਚਾਰ ਕੇ ਉਸ ਬ੍ਰਾਹਮਣ ਦਾ ਪੰਡਤ ਦਾ ਹਰਦੇਹਾਲ ਦਾ ਮਹਾਰਾਜ ਨੇ ਭਲਾ ਕਰ ਦਿੱਤਾ ਉਸ ਨੂੰ ਮੁਕਤੀ ਦੀਆਂ ਦਾਤਾਂ ਬਖਸ਼ਿਸ਼ ਕਰ ਦਿੱਤੀ ਆ ਸੋ ਰੋਵ ਵਿਚਾਰ ਐਸੇ ਗੁਰਮੁਖੋ ਸਤਗੁਰਾਂ ਦਾ ਆਪਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਜਿਨ੍ਹਾਂ ਦੀ ਮਹਿਮਾ ਬੇਅੰਤ ਹੈ ਸਤਿਗੁਰੂ ਬਚਨ ਬਖਸ਼ਿਸ਼ ਕਰਦੇ ਕਹਿੰਦੇ ਕੇਤੜਿਆ ਦੁਗਤ ਹੰਦੂਕਾਰੇ